ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜਗਬਨ ਟੀਵੀ ਤੇ ਮੈਂ ਹਾਂ ਹਰਮਨਪ੍ਰੀਤ ਸਿੰਘ। ਅੱਜ ਅਸੀਂ ਖੜੇ ਹਾਂ ਗੁਰਦਾਸਪੁਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਆਲੇਚੱਕ ਵਿੱਚ, ਜਿੱਥੇ ਸਾਡੇ ਨਾਲ ਇੱਕ ਅਜਿਹਾ ਕਿਸਾਨ ਪਰਿਵਾਰ ਮੌਜੂਦ ਹੈ ਜਿਨ੍ਹਾਂ ਦੀ ਜਿਹੜੀ ਜ਼ਮੀਨ ਹੈ ਉਹ ਤੇ ਬਹੁਤ ਘੱਟ ਹੈ, ਪਰ ਇਸ ਪਰਿਵਾਰ ਨੇ ਆਪਣੀ ਸਖਤ ਮਿਹਨਤ ਦੇ ਨਾਲ, ਆਪਣੀ ਇਮਾਨਦਾਰੀ, ਲਗਨ, ਜਜ਼ਬੇ ਦੇ ਨਾਲ ਇਹ ਸਿੱਧ ਕਰਕੇ ਦਿਖਾਇਆ ਕਿ ਬਹੁਤ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਜੇਕਰ ਮਿਹਨਤ ਕੀਤੀ ਜਾਵੇ, ਸਹੀ ਤਰੀਕੇ ਨਾਲ ਮਿਹਨਤ ਕੀਤੀ ਜਾਵੇ ਤੇ ਖੇਤੀਬਾੜੀ ਨੂੰ ਜਿਹੜਾ ਸਫਲ ਧੰਦਾ ਬਣਾਇਆ ਜਾ ਸਕਦਾ ਹੈ। ਕਿਸਾਨ ਵੀਰ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸੋ ਸਰਦਾਰ ਸਾਹਿਬ। ਕਸ਼ਮੀਰ ਸਿੰਘ, ਪਿੰਡ ਆਲੇਚੱਕ, ਤਹਿਸੀਲ ਜ਼ਿਲ੍ਹਾ ਗੁਰਦਾਸਪੁਰ ਤੋਂ ਮੌਜੂਦ ਕਸ਼ਮੀਰ ਹੈ। ਸਿੰਘ ਜੀ, ਤੁਹਾਡੀ ਕਿੰਨੀ ਜ਼ਮੀਨ ਆ? ਸਾਡੇ ਕੋਲ ਤਕਰੀਬਨ 1.5 ਕਿੱਲਾ ਜ਼ਮੀਨ ਹੈ ਜੀ। ਔਰ ਇਕੱਠੀ ਜ਼ਮੀਨ ਆ, ਇੱਕ ਥਾਂ ਇੱਥੇ ਜਿੱਥੇ ਅਸੀਂ ਖੜੇ ਆ? ਹਾਂਜੀ ਹਾਂਜੀ, ਇੱਕ ਇਕੱਠੀ ਦੀ ਇਕੱਠੀ ਆ। ਤੇ ਕਿਹੜੀ ਕਿਹੜੀ ਫਸਲ ਜਿਹੜੀ ਤੁਸੀਂ ਇਸ ਜ਼ਮੀਨ 'ਚ ਲਾਉਂਦੇ ਹੋ? ਅਸੀਂ ਤਕਰੀਬਨ ਸਬਜ਼ੀ ਦਾ ਜਿਹੜਾ ਸਾਰਾ ਕਰਨੇ ਆ, ਜਿਹੜੀ ਕਣਕ ਝੋਨੇ ਦਾ ਅਸੀਂ 4-5-6 ਸਾਲ ਤੋਂ ਬਿਲਕੁਲ ਬੰਦ ਕਰਤਾ। ਪਹਿਲਾਂ ਜਿਹੜਾ ਅਸੀਂ ਆਪਣੇ ਖਾਣ ਪੀਣ ਜੋਗਾ ਲਾਉਂਦੇ ਸੀ, ਹੁਣ ਅਸੀਂ ਉਹ ਵੀ ਜਿਹੜਾ ਉਹ ਛੱਡਤਾ ਹੈ, ਕਿਉਂਕਿ ਅਸੀਂ ਸਬਜ਼ੀ ਦਾ ਕਰਨੇ ਆ ਤੇ ਜਿਹੜਾ ਉਹਦੇ ਵਿੱਚ 2-3 ਵਰਾਇਟੀਆਂ ਜਿਹੜੀਆਂ ਨੇ ਉਹ ਫਿਰ ਹੋ ਜਾਂਦੀਆਂ ਨੇ। ਜੇ ਥੋੜ੍ਹੀ ਜ਼ਮੀਨ ਕਰਕੇ ਫਿਰ ਜੇ ਬਹੁਤ ਘੱਟ ਵਰਾਇਟੀ ਹੋਏ ਤਾਂ ਵੀ ਅੱਗੇ ਜਿਹੜੀ ਮਾਰਕੀਟ ਵਿੱਚ ਵੇਚਣ ਦੀ ਜਿਹੜੀ ਤੰਗੀ ਆਉਂਦੀ ਆ। ਕਿਹੜੀ ਕਿਹੜੀ ਜਿਹੜੀ ਸਬਜ਼ੀ ਆ ਇੱਥੇ ਤੁਸੀਂ ਲਗਾ ਰਹੇ ਹੋ ਇਸ ਖੇਤ 'ਚ? ਇੱਥੇ ਅਸੀਂ ਜੀ ਇੱਕ ਤੇ ਮਿਰਚ, ਗੋਭੀ, ਉਧਰੋਂ ਬੈਂਗਣ ਜੀ, ਖੀਰਾ, ਤਰਾਂ, ਇਹ ਖਾਸ ਕਰ ਜਿਹੜੀਆਂ ਸਾਡੀਆਂ ਇਹ ਵਰਾਇਟੀਆਂ ਜਿਹੜੀਆਂ ਨੇ ਪ੍ਰਚਲਿਤ ਨੇ। ਬਾਕੀ ਛੋਟਾ ਮੋਟਾ ਕਦੀ ਜੇ ਮੌਕਾ ਮਿਲੇ ਤੇ ਉਹ ਜਾਂ ਕੋਈ ਛੋਟਾ ਜਿਹੜਾ ਕਾਰੋਬਾਰ ਜਿਵੇਂ ਪਾਲਕ, ਧਨੀਏ ਦਾ ਜੇ ਉਹ ਟਾਈਮ ਮਿਲੇ ਤੇ ਕਰਦੇ ਹਾਂ, ਨਹੀਂ ਤੇ ਨਹੀਂ ਕਰਦੇ। ਪਰ ਮੁੱਖ ਤੌਰ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਸਬਜ਼ੀ ਦਾ ਹੀ ਹੈ? ਹਾਂਜੀ, ਸਾਰਾ ਸਬਜ਼ੀ ਦਾ ਹੀ। ਔਰ ਸਰਦਾਰ ਸਾਹਿਬ, ਇੱਕ ਆਮ ਤੌਰ ਤੇ ਧਾਰਨਾ ਹੈ ਸਾਡੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਕਿ ਉਹ ਇਹ ਕਹਿੰਦੇ ਕਿ ਸਬਜ਼ੀਆਂ ਪਹਿਲੀ ਗੱਲ ਤੇ ਹੁੰਦੀਆਂ ਨਹੀਂ, ਬਿਮਾਰੀਆਂ ਬਹੁਤ ਪੈਂਦੀਆਂ, ਇਹਨਾਂ ਦੀ ਪੈਦਾਵਾਰ ਘੱਟ ਜਾਂਦੀ ਹੈ, ਔਰ ਦੂਸਰੀ ਗੱਲ ਉਹ ਨਾਲ ਹੀ ਇਹ ਕਰਦੇ ਆ ਵੀ ਇਹਨਾਂ ਤੇ ਮਿਹਨਤ ਬੜੀ ਹੁੰਦੀ ਹੈ। ਤੁਹਾਡਾ ਜਿਹੜਾ ਉਹ ਕੀ ਤਜਰਬਾ ਹੈ ਇਸ ਸਬਜ਼ੀਆਂ ਦੀ ਕਾਸ਼ਤ ਨੂੰ ਲੈ ਕੇ? ਨਹੀਂ, ਮਿਹਨਤ ਤੇ ਜਿਹੜੀ ਹੈ ਇਹ ਮੰਨਣੀ ਪਏਗੀ, ਮਿਹਨਤ ਜਿਹੜੀ ਹੈ ਬਹੁਤ ਸਖਤ ਹੈ। ਪਰ ਜੇ ਤੁਸੀਂ ਅੱਜ ਕੱਲ੍ਹ ਕਣਕ ਝੋਨੇ ਦੀ ਫਸਲ ਵੱਲ ਆਸ ਰੱਖ ਕੇ ਬੈਠੇ ਰਹੋ, 6 ਮਹੀਨੇ ਕਰਜ਼ਾ ਚੁੱਕ ਕੇ ਖਾਂਦੇ ਰਹੋਗੇ ਜੀ, ਉਹ ਚੰਗਾ ਹੈ ਕਿ ਜਾਂ ਆਪਣੀ ਜਿਹੜੀ ਰੋਜ਼ ਦੀ ਰੋਜ਼ ਸਾਨੂੰ ਆਮਦਨ ਹੁੰਦੀ ਹੈ, ਇਹ ਚੰਗੀ ਹੈ। ਇਹਦੇ ਵਿੱਚ ਇੱਕ ਤੇ ਸਭ ਤੋਂ ਵੱਡਾ ਇਹ ਫਾਇਦਾ ਹੈ, ਦੂਸਰਾ ਇਹ ਹੈ ਵੀ ਜਿਹੜਾ ਕਣਕ ਝੋਨਾ ਉਹ ਤੁਹਾਨੂੰ ਬਹੁਤ ਜ਼ਿਆਦਾ ਦੇਵੇਗਾ, ਤੇ 60-70 ਹਜ਼ਾਰ ਰੁਪਏ ਤੋਂ ਉੱਪਰ ਜਿਹੜਾ ਉਹ ਜਿਹੜਾ ਬਹੁਤ ਚੰਗੀ ਜ਼ਮੀਨ ਹੈ ਉਹ ਵੀ ਨਹੀਂ ਦੇਵੇਗੀ। ਇੱਥੇ ਸਾਨੂੰ ਜਿਹੜਾ ਫਸਲੀ ਜਿਹੜਾ ਚੱਕਰ ਆ ਨਾ ਸਬਜ਼ੀ ਦਾ, ਇਹਦੇ ਵਿੱਚ ਇੰਨਾ ਫਾਇਦਾ ਹੈ ਕਿ ਜੇ 2 ਕਨਾਲਾਂ ਵਿੱਚੋਂ ਵੀ 1 ਲੱਖ ਰੁਪਏ ਵੱਟ ਸਕਦੇ ਹਾਂ। ਚਲੋ ਕੁਦਰਤੀ ਕਰੋਪੀ ਹੋਵੇ ਜਾਂ ਕੋਈ ਮੰਡੀ ਦੀ ਮਾਰਕੀਟ ਦਾ ਕੋਈ ਇਹੋ ਜਿਹਾ ਪ੍ਰੋਬਲਮ ਆ ਜਾਂਦੀ ਹੈ, ਤੇ ਫਿਰ ਵੀ ਜਿਹੜੀ ਕਣਕ ਝੋਨੇ ਤੋਂ ਜਿਹੜਾ ਉਹ ਬੈਟਰ ਰਹੇਗਾ। ਔਰ ਕੀ ਫਰਕ ਮਹਿਸੂਸ ਕਰਦੇ ਹੋ? ਜਿਵੇਂ ਤੁਸੀਂ ਦੱਸਿਆ ਕਿ 6-7 ਸਾਲ ਪਹਿਲਾਂ ਤੁਸੀਂ ਦੂਸਰੀਆਂ ਜਿਹੜੀਆਂ ਆਮ ਰਵਾਇਤੀ ਫਸਲਾਂ ਦੀ ਕਾਸ਼ਤ ਕਰਦੇ ਸੀ, ਹੁਣ ਤੇ ਸਬਜ਼ੀਆਂ ਲਾ ਰਹੇ ਹੋ, ਤੇ ਇਹ 'ਚ ਫਰਕ ਕੀ ਮਹਿਸੂਸ ਕੀਤਾ ਤੁਸੀਂ ਮੋਟੇ ਤੌਰ ਤੇ, ਆਰਥਿਕ ਜਿਹੜਾ ਤੁਹਾਡਾ ਸੀਗਾ ਆਮਦਨ ਦੇ? ਨਹੀਂ, ਫਰਕ ਜਿਹੜਾ ਤੁਹਾਨੂੰ ਇਹ ਆ ਵੀ ਜਿੱਦਾਂ ਅਸੀਂ ਇਵੇਂ ਕਹਿ ਲਓ ਵੀ ਅਸੀਂ ਆਪਣੀ ਜਿਹੜੀ ਆਮਦਨ ਹੈ ਉਹ ਜੇ ਅਸੀਂ ਕਣਕ ਝੋਨੇ ਤੋਂ ਗਿਣਦੇ ਹਾਂ ਤੇ ਉਹਦੇ ਨਾਲ ਅਸੀਂ 4 ਗੁਣਾ ਜਿਹੜੀ ਆ ਇਹਦੇ ਵਿੱਚ ਘੱਟ ਤੋਂ ਘੱਟ ਜਿਹੜੀ ਉਹ ਲੈ ਸਕਦੇ ਹਾਂ। ਤੇ ਖਤਰਾ ਕੀ ਕੀ ਹੈ ਇਹਦੇ 'ਚ ਜੇ ਆਪਾਂ ਹੋਰ ਕਿਸਾਨ ਵੀਰਾਂ ਨਾਲ ਗੱਲ ਕਰਨੀ ਹੋਏ? ਆਮ ਤੌਰ ਤੇ ਜੇ ਡਰ ਦੀ ਵੀ ਇੱਕ ਭਾਵਨਾ ਹੁੰਦੀ, ਕਹਿੰਦੇ ਸਬਜ਼ੀ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਹੈ ਕਿ ਮਾਰਕੀਟ 'ਚ ਵੀ ਮੰਦਾ ਹੋ ਸਕਦਾ, ਇੱਦਾਂ ਦੇ ਕਿਹੜੇ ਕਿਹੜੇ ਖਤਰੇ ਤੁਹਾਨੂੰ ਇਹਨਾਂ 6-7 ਸਾਲਾਂ? ਖਤਰੇ ਦੀ ਜੇ ਗੱਲ ਜੇ ਵੇਖੀ ਜਾਏ ਨਾ ਤੇ ਖਤਰੇ ਤਾਂ ਬਹੁਤ ਸਾਰੇ ਨੇ। ਇੱਕ ਤੇ ਜਿਹੜਾ ਜ਼ਿਮੀਂਦਾਰ ਨੂੰ ਜਿਹੜੀਆਂ ਦਵਾਈਆਂ ਨੇ ਨਾ, ਇਹਨਾਂ ਵਿੱਚ ਜਿਹੜਾ ਮਾਰਕੀਟ ਵਿੱਚ ਦਵਾਈਆਂ ਜਦੋਂ ਅਸੀਂ ਲੈਣ ਜਾਂਦੇ ਹਾਂ ਤਾਂ ਉਹਦੇ ਵਿੱਚ ਮੁਨਾਫਾ ਜਿਹੜਾ ਉਹ ਜ਼ਿਆਦਾ ਕਮਾਇਆ ਜਾਂਦਾ, ਜੋ ਕਿ ਮਤਲਬ ਇੰਡਸਟਰੀ ਦਾ ਰੇਟ ਹੁੰਦਾ ਉਹ ਤੋਂ ਮੁਨਾਫਾ ਵੀ ਬਹੁਤ ਜ਼ਿਆਦਾ ਕਮਾਇਆ ਜਾਂਦਾ। ਦੂਸਰੀ ਗੱਲ ਹੈ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਆ ਉਹ ਹੇਰਾ ਫੇਰੀ ਹੁੰਦੀ ਹੈ ਦਵਾਈਆਂ ਦੇ ਵਿੱਚ। ਜੇ ਤੁਸੀਂ ਅੱਜ ਸੁੰਡੀ ਲਈ ਦਵਾਈ ਲਿਆਉਂਦੇ ਹੋ ਕੋਈ, ਉਹਦੇ ਵਿੱਚ ਉਹ ਤੁਸੀਂ ਲਿਆ ਕੇ ਕਰੋਗੇ, ਮਿਹਨਤ ਵੀ ਤੁਹਾਡੀ ਜਾਈ ਗਈ, ਸੁੰਡੀ ਉਵੇਂ ਦੀ ਉਵੇਂ ਬਰਕਰਾਰ ਹੈ। ਦੂਸਰੀ ਗੱਲ ਹੈ ਜਿਹੜੀ ਅੱਜ ਕੱਲ੍ਹ ਤੁਹਾਡਾ ਆਹ ਚੱਲਦਾ ਹੁਣ ਅੱਜ ਦਾ ਸੀਜ਼ਨ ਚੱਲਦਾ, ਤੁਸੀਂ ਅੱਜ ਵੇਖੋ ਵੀ ਆਹ ਜਿਹੜਾ ਗਰਮੀਆਂ ਦੇ ਸੀਜ਼ਨ ਵਿੱਚ ਸਾਡੇ ਜਿਹੜੇ ਆ ਫਾਲਤੂ ਪਸ਼ੂ ਜਿਹੜੇ ਫਿਰਦੇ ਨੇ ਉਹ ਘੱਟ ਹੁੰਦੇ ਨੇ,
ਹੁਣ ਜਿਹੜੇ ਅੱਜ ਕੱਲ੍ਹ ਹੈ ਉਹ ਸਰਦੀ ਦੇ ਟਾਈਮ 'ਤੇ ਜ਼ਿਆਦਾ ਫਿਰਦੇ ਨੇ, ਅਤੇ ਜਿਹੜਾ ਆਦਮੀ ਸਾਰਾ ਦਿਨ ਕੰਮ ਕਰਦਾ ਹੈ ਉਹ ਇਹਨਾਂ ਦੀ ਰਾਤ ਕਿਵੇਂ ਰੱਖੇਗਾ? ਸਰਕਾਰਾਂ ਜਿਹੜੀਆਂ ਨੂੰ ਆਪਣੇ ਮਜ਼ੇ 'ਚ ਸੁੱਤੀਆਂ ਪਈਆਂ। ਠੀਕ ਹੈ ਜੀ। ਔਰ ਇੱਕ ਸਰਦਾਰ ਸਾਹਿਬ, ਜਿਸ ਤਰ੍ਹਾਂ ਆਮ ਤੌਰ 'ਤੇ ਇੱਕ ਗੱਲ ਲੋਕਾਂ 'ਚ ਅੱਜ ਕੱਲ੍ਹ ਮਨਾਂ 'ਚ ਧਾਰਨਾ ਕਰ ਬੈਠੀ ਹੈ ਕਿ ਫਲਾਂ 'ਚ ਸਬਜ਼ੀਆਂ 'ਚ ਜ਼ਹਿਰ ਬਹੁਤ ਨੇ, ਤੁਸੀਂ ਸਬਜ਼ੀ ਦੀ ਕਾਸ਼ਤ ਕਰਦੇ ਹੋ, ਤੁਸੀਂ ਤਾਂ ਨਹੀਂ ਬਹੁਤ ਜ਼ਿਆਦਾ ਜਿਹੜਾ ਉਹ ਬੇਤਹਾਸ਼ਾ ਬੇਲੋੜੇ ਜ਼ਹਿਰ ਪਾਉਂਦੇ, ਦਵਾਈਆਂ ਪਾਉਂਦੇ, ਗੋਡੀ ਵਗੈਰਾ ਕਰਦੇ ਹੋ, ਤੁਸੀਂ ਸਾਡੇ ਕੋਲ ਖੜੇ ਹੋ ਨਾ ਜੀ, ਤੁਸੀਂ ਇਹਦੇ ਵਿੱਚ ਜਿੱਥੋਂ ਮਰਜ਼ੀ ਚੈੱਕ ਕਰਾ ਕੇ ਦੇਖ ਸਕਦੇ ਹੋ। ਇਹਦੇ ਵਿੱਚ ਸਿਰਫ ਦੋ ਵਾਰੀ ਸਪਰੇ ਹੋਈ ਹੈ ਸੁੰਡੀ ਵਾਸਤੇ। ਠੀਕ ਹੈ ਜੀ। ਤੇ ਇਹ ਜਿਹੜਾ ਤੁਹਾਡਾ ਇਹ 65 ਦਿਨ ਦੀ ਇਹਦੀ ਹੈਗੀ ਜਿਹੜੀ ਪਨੀਰੀ ਲਾਉਣ ਤੋਂ ਬਾਅਦ 65 ਦਿਨ ਤੋਂ ਬਾਅਦ ਚਾਲੂ ਹੋਈ ਹੈ ਗੋਭੀ, ਤੇ ਦੋ ਵਾਰੀ ਸਪਰੇ ਹੋਈ ਹੈ। ਬਾਕੀ ਇਹਦੇ ਵਿੱਚ ਜਿਹੜੀ ਖਾਦ ਹੈ ਉਹ ਵੀ ਤੁਹਾਡੀ ਆਮ ਆਹ ਖਾਦ ਨਹੀਂ ਹੈ, ਜਿਹੜੇ ਛੋਟੇ ਪੈਕ ਦੀ ਜਿਵੇਂ ਤੁਹਾਡਾ ਆਉਂਦੀ ਹੈ 19-19 ਆਉਂਦੀ ਹੈ, ਜਾਂ 35 ਜਾਂ 54 ਆਉਂਦੀ ਹੈ, 54-35 ਆਉਂਦੀ ਹੈ, ਦੂਸਰਾ ਤੁਹਾਡਾ ਜਿਹੜੀ ਆਉਂਦੀ ਹੈ 9-9-45 ਆਉਂਦੀ ਹੈ, 5-5-45-9 ਆਉਂਦੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਖਾਦਾਂ ਨੇ ਉਹਨਾਂ ਨੂੰ ਵਰਤਿਆ ਜਾਂਦਾ, ਜਿਹੜੀਆਂ ਸਰਕਾਰ ਹੁਣ ਮਤਲਬ ਕਰ ਰਹੀ ਹੈ ਵੀ ਜਿਹੜੀਆਂ ਸਰਕਾਰ ਜਿਹੜੀਆਂ ਆਮ ਖਾਦਾਂ ਨੇ ਸਾਡੀਆਂ ਉਹਨਾਂ 'ਤੇ ਬੈਨ ਲੱਗਣ ਦੀ ਆਸ ਹੈ, ਅਤੇ ਜਿਹੜੀਆਂ ਹੁਣ ਤੋਂ ਹੀ ਇਹ ਜਿਹੜੀਆਂ ਖਾਦਾਂ ਨੇ ਇਹਨਾਂ ਨੂੰ ਵਰਤ ਰਿਹਾ। ਔਰ ਮੰਡੀਕਰਨ ਦੀ ਤੁਸੀਂ ਗੱਲ ਕੀਤੀ, ਰੋਜ਼ ਰੋਜ਼ ਦੀ ਆਮਦਨ ਦੀ ਗੱਲ ਕੀਤੀ ਵੀ ਕਣਕ ਝੋਨੇ 'ਚ 6 ਮਹੀਨੇ ਬਾਅਦ ਆਮਦਨ ਆਉਂਦੀ ਹੈ ਔਰ ਇੱਥੇ ਅਸੀਂ ਡੇਲੀ ਜਿਹੜੀ ਉਹ ਆਮਦਨ ਲੈਂਦੇ ਹਾਂ, ਔਰ ਮੰਡੀਕਰਨ ਫਿਰ ਕਰਦੇ ਕਿਵੇਂ ਤੁਸੀਂ, ਕਿੱਥੇ ਕਰਦੇ ਹੋ, ਕਦੀ ਕੋਈ ਦਿੱਕਤ ਨਹੀਂ ਆਉਂਦੀ? ਨਹੀਂ, ਮੰਡੀਕਰਨ ਜਦੋਂ ਜ਼ਿਆਦਾ ਹੋਏ ਉਦੋਂ ਅਸੀਂ ਪਠਾਨਕੋਟ ਵੀ ਚਲੇ ਜਾਂਦੇ ਹਾਂ, ਜਿਸ ਅਸੀਂ ਆਪਣੇ ਆਪ ਗੁਰਦਾਸਪੁਰ ਲੋਕਲੀ ਜਾਂਦੇ ਹਾਂ, ਅਤੇ ਆਪਣੇ ਸਾਡੇ ਕੋਲ ਸਾਧਨ ਆਪਣਾ ਹੈ, ਅਤੇ ਜਦੋਂ ਜਾਣਾ ਹੈ ਤਾਂ ਉਹਦੇ ਵਿੱਚ ਵੀ ਥੋੜ੍ਹਾ ਬਹੁਤਾ ਜਿਵੇਂ ਆਂਢੀ ਗੁਆਂਢੀ ਦੇ ਆਸੇ ਪਾਸੇ ਤੋਂ ਉਹਨਾਂ ਲਈ ਵੀ ਨਾਲ ਲੈ ਜਾਈਦਾ। ਠੀਕ ਹੈ। ਸਾਡਾ ਜਿਹੜਾ ਉਹ ਖਰਚਾ ਉਦੋਂ ਆਪਣੇ ਦਾ ਉਹ ਵੱਧ ਜਾਂਦਾ। ਠੀਕ ਹੈ। ਤੇ ਮਿਹਨਤ ਕਰਕੇ ਹੀ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ, ਇਹ ਮਿਹਨਤ ਨਾਲ ਹੀ ਗੱਲ ਬਣਦੀ ਹੈ। ਇੱਕ ਮੈਂ ਆਪਣੇ ਕਿਸਾਨ ਵੀਰਾਂ ਦੇ ਪੱਖ ਤੋਂ, ਇੱਕ ਸਮਾਜ ਦੇ ਪੱਖ ਤੋਂ ਸਵਾਲ ਤੁਹਾਨੂੰ ਪੁੱਛਣ ਲੱਗਾ ਹੈ। ਹਾਂਜੀ ਹਾਂਜੀ। ਤੁਸੀਂ ਮਿਹਨਤ ਕਰ ਰਹੇ ਹੋ ਬੜੀ ਸ਼ਾਨ ਦੇ ਨਾਲ, ਲਗਨ ਦੇ ਨਾਲ, ਬੜੇ ਜਜ਼ਬੇ ਦੇ ਨਾਲ ਕਰ ਰਹੇ ਹੋ। ਤੁਸੀਂ ਕਹਿੰਦੇ ਹੋ ਅਸੀਂ ਡੇਲੀ ਮੰਡੀ 'ਚ ਸਬਜ਼ੀ ਲੈ ਕੇ ਜਾਂਦੇ ਹਾਂ, ਤੁਹਾਨੂੰ ਫਿਰ ਕਦੀ ਮਹਿਸੂਸ ਤਾਂ ਨਹੀਂ ਹੁੰਦਾ ਵੀ ਅਸੀਂ ਮਤਲਬ ਇੱਕ ਵੇਚਣ ਵਾਲੇ ਬਣ ਗਏ ਹਾਂ ਜਾਂ ਕੁਛ ਇਸ ਤਰ੍ਹਾਂ ਦਾ ਤਾਂ ਨਹੀਂ ਕਦੀ ਆਇਆ ਮਨ 'ਚ, ਜਾਂ ਕਦੀ ਕਿਸੇ ਨੇ ਕੋਈ ਕਿਹਾ ਤਾਂ ਨਹੀਂ ਕਿਸੇ ਰਿਸ਼ਤੇਦਾਰ ਨੇ? ਆਮ ਤੌਰ ਤੇ ਸਾਡੀ ਇੱਕ ਭਾਵਨਾ ਵਾ ਨਾ ਪੰਜਾਬ ਦੀ, ਭਾਵਨਾ ਜ਼ਰੂਰ ਹੈਗੀ ਆ ਸਾਡੀ, ਇਸ ਤਰ੍ਹਾਂ ਦਾ ਤੁਸੀਂ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ? ਨਹੀਂ, ਅਸੀਂ ਇਹ ਭਾਵਨਾ ਜਿਹੜੀ ਆ ਇਹ ਤੋਂ ਉੱਪਰ ਉੱਠ ਕੇ ਕੰਮ ਕੀਤੇ ਜਾ ਸਕਦੇ ਨੇ ਜੀ। ਜੇ ਤੁਸੀਂ ਇਸ ਭਾਵਨਾ ਵੱਲ ਜਾਓਗੇ ਤੇ ਜਦੋਂ ਅਸੀਂ ਮੰਡੀ ਜਾਂਦੇ ਹਾਂ ਅਸੀਂ ਆਪਣੇ ਇੱਥੋਂ ਬੜੇ ਕੱਪੜੇ ਚਿੱਟੇ ਪਾ ਕੇ ਜਾਂਦੇ, ਉੱਥੇ 10 ਮਿੰਟ ਮੰਡੀ ਵਿੱਚ ਜਦੋਂ ਪੱਖਾ ਲੱਗਦਾ ਨਾ ਕਣਕ ਝੋਨੇ ਨੂੰ, 10 ਮਿੰਟ ਬਹਿ ਕੇ ਉਹਨਾਂ ਦੀ ਸ਼ਕਲ ਵਿਗੜ ਜਾਂਦੀ ਹੈ ਜੀ ਜੀ। ਇੱਥੇ ਸਾਡੀ ਪੈਰੀ 'ਚ ਸ਼ਕਲ ਵਿਗੜੀ ਹੈ ਤੇ ਮੰਡੀ 'ਚ ਸਾਡੀ ਸੁਧਰੀ ਹੈ, ਫਰਕ ਇਹ ਕੋਈ ਆ, ਸ਼ਕਲ ਉੱਥੇ ਹੀ ਵਿਗੜਦੀ ਹੈ, ਸ਼ਕਲ ਇੱਥੇ ਹੀ ਵਿਗੜਦੀ ਹੈ, ਥੋੜੀ ਇੱਥੇ ਕੰਮ ਦੇ ਟਾਈਮ ਵਿਗੜਦੀ ਆ, ਉੱਥੇ ਜਦੋਂ ਅਸੀਂ ਟੌਰ ਕੱਢ ਕੇ ਜਾਂਦੇ ਹਾਂ ਉਦੋਂ ਵਿਗੜਦੀ ਹੈ। ਔਰ ਵੈਸੇ ਵੀ ਸਿਆਣੇ ਕਹਿੰਦੇ ਵੀ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਮਿਹਨਤ ਕਦੀ ਵੀ ਕਿਤੇ ਵੀ ਕਰਦੇ ਹੋ ਤੁਸੀਂ ਚੰਗੇ ਖੇਤਰ ਦੇ ਵਿੱਚ ਤੇ ਉਹ ਆਪਣੇ ਫਲ ਦਿੰਦੀ ਹੈ, ਇਹਦੇ 'ਚ ਕੋਈ ਸ਼ਰਮ ਵਾਲੀ ਵੀ ਗੱਲ ਨਹੀਂ ਹੈ। ਔਰ ਕੀ ਹੋਰ ਕਿਸਾਨਾਂ ਨੂੰ ਜਿਹੜਾ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਨਹੀਂ, ਅਸੀਂ ਸੰਦੇਸ਼ ਤੇ ਚਲੋ ਬਹੁਤ ਵੱਡਾ ਨਹੀਂ ਦੇ ਸਕਦੇ ਕਿਉਂਕਿ ਅਸੀਂ ਆਪ ਛੋਟੇ ਹਾਂ, ਤੇ ਅਸੀਂ ਛੋਟਾ ਜਿਹਾ ਸੰਦੇਸ਼ ਇਹ ਦਿੰਦੇ ਹਾਂ ਵੀ ਮਿਹਨਤ ਹੀ ਜਿਹੜੀ ਆ ਉਹ ਰੰਗ ਲਿਆਉਂਦੀ ਆ, ਤੇ ਮਿਹਨਤ ਜਿਹੜੀ ਆ ਉਹਨੂੰ ਕਣਕ ਝੋਨੇ ਤੇ ਕਰ ਕਰਕੇ ਸਾਡੇ ਵੱਡੇ ਵਡੇਰਿਆਂ ਬਹੁਤ ਸਾਰੀ ਕਰਕੇ ਵੇਖ ਲਈ ਆ, ਤੇ ਫੇਰ ਬਦਲ ਹੋਇਆ ਨਹੀਂ ਜੀ, ਤੇ ਥੋੜਾ ਬਹੁਤ ਅਸੀਂ ਫੇਰ ਬਦਲ ਇਸ ਕਰਕੇ ਕਰਨਾ ਚਾਹੀਦਾ ਸਾਨੂੰ ਵੀ ਜੇ ਸਮੇਂ ਦੀ ਲੋੜ ਦੇ ਅਨੁਸਾਰ ਪਾਣੀ ਕੁਦਰਤੀ ਦੇਣ ਤੇ ਉਹਨੂੰ ਅਸੀਂ ਨਜਾਇਜ਼ ਨਾ ਵਰਤੀਏ, ਤੇ ਅਸੀਂ ਜੇ ਕਣਕ ਝੋਨੇ ਵੱਲ ਵੀ ਆਉਣਾ ਉਹਦੇ ਵਿੱਚ ਵੀ ਥੋੜੀ ਤਕਨੀਕਾਂ ਜਿਹੜੀਆਂ ਨੇ ਨਾ ਨਵੀਆਂ ਨਵੀਆਂ ਤਕਨੀਕਾਂ ਨਿਕਲੀਆਂ ਨੇ, ਅਸੀਂ ਉਹ ਪਾਣੀ ਨੂੰ ਜਿਹੜਾ ਉਹ ਸੰਭਲ ਕੇ ਵਰਤੀਏ ਤੇ ਪਾਣੀ ਬਚੇ ਤੇ ਜਿਹੜਾ ਉਹ ਧਰਤੀ ਦਾ ਵੀ ਜਿਹੜੇ ਸਾਡੇ ਆਬ ਹਵਾ ਹੈ ਉਹ ਸਾਡੇ ਵਾਸਤੇ ਵੀ ਬਚੀ ਰਹੇ, ਅਗਾਂਹ ਆਉਣ ਵਾਲੀਆਂ ਪੀੜ੍ਹੀਆਂ ਲਈ ਬਚੀ ਰਹੇ। ਔਰ ਸਰਦਾਰ ਸਾਹਿਬ ਇੱਕ ਲਾਸਟ ਸਵਾਲ ਹੀ ਦੱਸਿਓ ਵੀ ਤੁਸੀਂ 1.5 ਏਕੜ ਦੀ ਖੇਤੀ ਕਰਦੇ ਹੋ, ਸਬਜ਼ੀਆਂ ਤੁਸੀਂ ਕਾਫੀ ਇੱਥੇ ਉਗਾਉਂਦੇ ਹੋ, ਕਿੰਨੇ ਪਰਿਵਾਰ ਦੇ ਮੈਂਬਰ ਨੇ ਜਾਂ ਕਿੰਨੇ ਹੋਰ ਤੁਹਾਡੇ ਸਹਾਰਾ ਨੇ ਸਾਥੀ ਜਿਹੜਾ ਸਹਿਯੋਗੀ ਨੇ ਤੁਹਾਡੇ ਜਿਹੜੇ ਇੱਥੇ ਤੁਹਾਨੂੰ ਸਹਿਯੋਗ ਕਰਦੇ ਨੇ? ਤਕਰੀਬਨ ਤੇ ਅਸੀਂ ਜਿਹੜਾ ਨਾ ਅਸੀਂ ਦੋਏ ਬਾਪ ਬੇਟਾ ਹੀ ਕਰਦੇ ਹਾਂ,
ਤੇ ਉਸ ਤੋਂ ਬਾਅਦ ਜਿਹੜੇ ਸਾਡੇ ਵਾਸਤੇ ਵੀ ਚਾਹ ਪਾਣੀ ਲੈ ਕੇ ਆਉਣਾ, ਉਹ ਤੇ ਸਾਡੇ ਘਰ ਦੇ ਲੈ ਕੇ ਆਉਂਦੇ ਆ। ਅੱਛਾ ਜੀ। ਤੇ ਥੋੜਾ ਬਹੁਤ ਹੱਥ ਪਵਾ ਦਿੰਦੇ ਆ, ਇਥੋਂ ਕਿ ਤੱਕ ਹੀ ਸੀਮਤ ਆ। ਅਸੀਂ ਜ਼ਿਆਦਾਤਰ ਦਿਹਾੜੀਦਾਰ ਨਹੀਂ ਲਾਉਂਦੇ। ਅੱਜ ਕੱਲ੍ਹ ਹੁਣ ਇਹ ਚੱਲਦਾ ਸਿਸਟਮ ਵੀ ਘਾਹ ਕੱਖ ਜਿਹੜਾ ਉਹ ਥੋੜੀ ਜਿਹੀ ਦਵਾਈ ਵਰਤੋ ਤੇ ਨਿਕੰਬਾ ਪੈਂਦਾ ਹੀ ਘੱਟ ਹੈ, ਬਾਕੀ ਬਾਰ ਬਾਰ ਗੋਡੀਆਂ ਹੁੰਦੀਆਂ ਰਹਿੰਦੀਆਂ ਨੇ, ਜਿਹੜਾ ਇਹੋ ਜਿਹਾ ਨਦੀਨ ਆ ਉਹ ਆਉਂਦੇ ਘੱਟ ਨੇ। ਤੇ ਮਿਹਨਤ ਵੀ ਜਿਹੜੇ ਪਹਿਲਾਂ ਜਿੰਨੀ ਸਬਜ਼ੀ ਦੀ ਨਹੀਂ ਹੈਗੀ, ਜੇ ਅਸੀਂ ਸਹੀ ਤਰੀਕੇ ਨਾਲ ਚੱਲੀਏ। ਬਹੁਤ ਬਹੁਤ ਧੰਨਵਾਦ। ਔਰ ਸਾਡੇ ਨਾਲ ਜਿਹੜੇ ਇਸ ਖੇਤਰ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਸਟਾਫ ਨੇ, ਅਧਿਕਾਰੀ ਨੇ, ਉਹ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਕਿਸਾਨ ਦੇ ਕੰਮ ਪ੍ਰਤੀ ਕੀ ਤਜਰਬਾ ਹੈ, ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਨੂੰ ਕੰਮ ਕਰਦੇ ਹੋ? ਹਾਂਜੀ ਹਿਤੇਸ਼ ਜੀ, ਤੁਹਾਡਾ ਸਵਾਗਤ ਹੈ ਜੀ ਜਗਬਨ ਟੀਵੀ 'ਤੇ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਖੇਤਰ ਦੇ, ਆਪਣੇ ਖੇਤਰ ਦੇ ਕਿਸਾਨ ਦੀ ਇਸ ਮਿਹਨਤ ਨੂੰ? ਜੀ, ਇਹਨਾਂ ਦੀ ਮਿਹਨਤ ਪੂਰੀ ਰੰਗ ਲਿਆ ਰਹੀ ਹੈ। ਜਿਸ ਤਰ੍ਹਾਂ ਇਹਨਾਂ ਨੇ ਪੁਰਾਣੀ ਰਵਾਇਤੀ ਜਿਹੜੀ ਖੇਤੀ ਛੱਡ ਕੇ ਨਵੀਂ ਖੇਤੀ ਅਪਣਾਈ ਆ, ਕਿ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਆ। ਜਦੋਂ ਵੀ ਆਪਾਂ ਇੱਥੋਂ ਫੀਲਡ ਵਿੱਚੋਂ ਨਿਕਲੀਦਾ, ਇਹਨਾਂ ਨੂੰ ਦੇਖੀਦਾ ਕੰਮ ਕਰਦੇ, ਬਹੁਤ ਖੁਸ਼ੀ ਹੁੰਦੀ ਆ ਕਿ ਜਿਹੜੇ ਆ ਬੜੇ ਮਿਹਨਤ ਨਾਲ ਕੰਮ ਕਰਦੇ ਆ। ਅਤੇ ਦੂਸਰਾ ਕਿ ਦੂਜੇ ਕਿਸਾਨਾਂ ਨੂੰ ਇਹਨਾਂ ਤੋਂ ਉਤਸ਼ਾਹਿਤ ਹੋਣਾ ਚਾਹੀਦਾ ਕਿ ਜਿਹੜਾ ਪੁਰਾਣੀ ਖੇਤੀ ਉਹਨੂੰ ਛੱਡ ਕੇ ਨਵੀਂ ਖੇਤੀ ਅਪਣਾਉਣ, ਤਾਂ ਕਿ ਸਬਜ਼ੀਆਂ ਲੱਗਣ, ਜਿਹਦੇ ਨਾਲ ਜਿਹੜਾ ਇਹ ਜਿਹੜਾ ਰੁਝਾਨ ਆ ਪਾਣੀ ਬਚਾਉਣ ਦਾ ਜਾਂ ਆਪਣੇ ਵਾਯੂ ਬਚਾਉਣ ਦਾ ਉਹ ਚੱਲੇ। ਅਤੇ ਇਹਨਾਂ ਦੀ ਜਿਹੜੀ ਮਿਹਨਤ ਆ ਬਹੁਤ ਵਧੀਆ ਵਾ। ਬਹੁਤ ਧੰਨਵਾਦ। ਸੋ ਇਸ ਸਨ ਸਾਡੇ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਔਰ ਕਿਸਾਨ ਵੀਰ, ਉਸ ਤੋਂ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਕੰਮ ਕਰ ਰਹੇ ਨੇ। ਔਰ ਬਹੁਤ ਜਿਹੜੀਆਂ ਕਸ਼ਮੀਰ ਸਿੰਘ ਜੀ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ, ਹੋਰ ਕਿਸਾਨਾਂ ਨੂੰ ਸੇਧ ਦੇਣ ਵਾਲੀਆਂ ਗੱਲਾਂ ਕੀਤੀਆਂ, ਇੱਕ ਨਵੀਂ ਦਿਸ਼ਾ ਦੇਣ ਵਾਲੀਆਂ ਗੱਲਾਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਹੈ ਉਹ ਆਪਣੀ ਸੋਚ ਨੂੰ ਬਦਲ ਕੇ, ਆਪਣੇ ਜਿਹੜੇ ਰੁਝਾਨ ਨੂੰ ਬਦਲ ਕੇ ਅਤੇ ਆਪਣੀ ਜਿਹੜੀ ਖੇਤੀਬਾੜੀ ਦੇ ਜਿਹੜੇ ਰਵਾਇਤੀ ਧੰਦੇ ਨੂੰ ਰਵਾਇਤੀ ਫਸਲਾਂ ਤੋਂ ਹਟ ਕੇ ਇੱਕ ਸਫਲ ਬਣਾ ਸਕਦੇ ਨੇ। ਔਰ ਅਸੀਂ ਆਸ ਕਰਦੇ ਹਾਂ ਕਿ ਇਸ ਕਿਸਾਨ ਵੀਰ ਤੋਂ, ਇਸ ਪਰਿਵਾਰ ਤੋਂ ਹੋਰ ਕਿਸਾਨ, ਇਸ ਇਲਾਕੇ ਦੇ ਕਿਸਾਨ, ਇਸ ਜ਼ਿਲ੍ਹੇ ਦੇ ਕਿਸਾਨ, ਇਸ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਸੇਧ ਲੈਣਗੇ, ਆਪਣੀ ਖੇਤੀਬਾੜੀ ਦੇ ਜਿਹੜੇ ਰਵਾਇਤੀ ਧੰਦੇ ਨੂੰ ਸਫਲ ਬਣਾਉਣਗੇ। ਇਸ ਨਾਲ ਹੀ ਸਾਡਾ ਪੰਜਾਬ ਖੁਸ਼ਹਾਲ ਹੋਵੇਗਾ। ਅੱਜ ਦੀ ਪੇਸ਼ਕਸ਼ ਵਿੱਚ ਇੰਨਾ ਹੀ। ਮੈਂ ਹਰਮਨਪ੍ਰੀਤ ਸਿੰਘ, ਜਗਬਾਣੀ ਟੀਵੀ, ਗੁਰਦਾਸਪੁਰ।